बर्बरी च मेन हैगी है कन्ना की क्वालिटी, जिवें इहदे कन्न खड़े अगे नूं, उह बकरी दे कन्न खड़े है ना बिल्कुल जिहड़े सीधे कन्न अगे नूं, कई तां इदां हुंदे चौड़े जिहड़े जिवें पाकिस्तान च बर्बरीआं तुसीं वीडियो देखियां होणगीआं, जमां सीधे उपर नूं कन्न हुंदे आ, मेन इहदे च कन्न देखे जांदे आ। उस तों बाद आ गई तुहाडी जिहड़ी बकरे दे जिवें टेस्टिकल हो गए, बकरी दा लेवा हो गया, आर्डर हो गया है ना, उहदी क्वालिटी जे चंगी दुध की कपैसिटी है, बकरी थन लेवे की सोहनी आ, तो वह छड़ो ना। जिहड़ा सिंघ पासे नूं हुंदा जी, जिवें इहदा पिछे हो के आए साइड नूं गया, इत्थे आ गया सिंघ है ना, सिंघ पासे नूं जाणा चाहीदा वाल खा के, वह प्योर च गिणिया जांदा, जिहड़ा उपर नूं हुंदा वह सही नहीं हुंदा सिंघ। जिहड़ियां महाराष्ट्र च तुसीं बारबरियां देखोगे जां एम पी च होर किते भी स्टेट च है ना, वह पिछे नूं सिंघ हुंदे आ, जिन्ना सिंघ चौड़ा होगा सिर तों ते पिछे नूं जाऊगा हिरन वांगू, वह प्योर गिणिया जांदा जी, ਉਹਦਾ ਬਹੁਤ ਜ਼ਿਆਦਾ ਡਿਮਾਂਡ ਹੈਗੀ ਉੱਧਰ। ਹਾਂਜੀ, ਕੰਨ ਸਹੀ ਚਾਹੀਦੇ ਆ, ਜਿਹੜੇ ਇਹਦੇ ਵਾਲ ਹੈਗੇ ਆ ਉਹ ਛੋਟੇ ਹੋਣੇ ਚਾਹੀਦੇ ਆ, ਇੱਥੇ ਜੱਤ ਨਹੀਂ ਹੋਣੀ ਚਾਹੀਦੀ ਹੈ ਨਾ, ਜਿਵੇਂ ਦੇਸੀ ਬੱਕਰੀਆਂ ਦੇ ਹੁੰਦੀ ਹੈ ਨਾ, ਇੱਥੋਂ ਪਿੱਛੇ ਤੋਂ ਸਾਫ਼ ਹੋਣੀ ਚਾਹੀਦੀ ਆ ਬਰਬਰੀ, ਜਦੋਂ ਹੱਥ ਮਾਰੋ ਤੁਹਾਨੂੰ ਵਾਲ ਜ਼ਿਆਦਾ ਫੀਲ ਨਾ ਹੋਣ, ਇੰਨੇ ਇੰਨੇ ਵਾਲ ਚਾਹੀਦੇ ਆ, ਸਹੀ ਜਿਹੜੀ ਪਿਓਰ ਬਰਬਰੀ ਹੈਗੀ ਆ। ਬਾਕੀ ਮਜ਼ਬੂਤ ਚਾਹੀਦੀ ਆ ਹੈ ਨਾ ਲੱਤਾਂ ਦੀ ਥੱਲੋਂ, ਇੱਕ ਜਿਹੜੇ ਵੀ ਭਰਾ ਬਰਬਰੀ ਦੇ ਕੰਮ ਕਰਨਗੇ, ਇਹਦੇ 'ਚ ਕੀ ਹੁੰਦਾ ਪੱਠਾਂ ਜਦੋਂ ਆਪਣਾ ਬਰੀਡਰ ਹੋਊਗਾ ਵਿੱਚ ਹੈ ਨਾ, ਪੰਜ ਪੰਜ ਚਾਰ ਚਾਰ ਮਹੀਨਿਆਂ ਦੀਆਂ ਪੱਠਾਂ ਵੀ ਕ੍ਰੋਸ ਹੋ ਜਾਂਦੀਆਂ, ਇਹ ਤੁਸੀਂ ਖਾਸ ਖਿਆਲ ਰੱਖਣਾ, ਚਾਹੇ ਤੁਸੀਂ ਦੋਨੋਂ ਬਰੀਡਾਂ 'ਤੇ ਮਿਕਸ ਕੰਮ ਕਰਨਾ ਬੀਟਲ ਦੇ ਬਰਬਰੀ 'ਚ, ਜਿਹੜੇ ਤੁਹਾਡੇ ਬਰੀਡਰ ਆ ਜਾਂ ਬੱਕਰੇ ਆ 5-6 ਮਹੀਨਿਆਂ ਤੋਂ ਉੱਪਰ ਜਾਂਦੇ ਆ, ਉਹਨਾਂ ਨੂੰ ਅਲੱਗ ਰੱਖਣਾ ਹੈਗਾ। ਹਾਂਜੀ, ਬਰਬਰੀ ਦੇ ਬੀਟਲ ਦੇ ਜਦੋਂ ਮਿਕਸ ਕੰਮ ਕਰੋਗੇ ਨਾ, ਕਈ ਵਾਰੀ ਬੀਟਲ ਬੱਕਰੇ ਬਰਬਰੀ ਨੂੰ ਕ੍ਰੋਸ ਕਰ ਜਾਂਦੇ ਆ, ਉਹਦੇ 'ਚ ਤੁਹਾਡੀ ਫਿਰ ਮਿਹਨਤ ਵੀ ਸਾਰੀ ਖਰਾਬ ਹੋਊਗੀ, ਅਤੇ ਨਹੀਂ ਸਹੀ ਨਹੀਂ ਹੁੰਦੀ ਜੀ। ਜੇ ਤੁਹਾਡੀ ਪੂਰੀ ਵਧੀਆ ਗਰੋਥ ਆ, ਜਿਵੇਂ ਕਈ ਬਰਬਰੀਆਂ ਲੋਕ ਰੱਖਦੇ ਆ ਘਰਾਂ ਦੇ ਵਿੱਚ, ਖੁੱਲ੍ਹਾ ਦਾਣਾ ਕਣਕ ਪਾਈ ਜਾਂਦੀ ਆ, ਗਰੋਥ ਬਹੁਤ ਵਧੀਆ ਕਰ ਜਾਂਦੀਆਂ, ਘੱਟ ਤੋਂ ਘੱਟ 8 ਮਹੀਨਿਆਂ ਦੀ ਪੱਠ ਕ੍ਰੋਸ ਕਰਵਾਓ ਬਰਬਰੀ, ਠੀਕ ਆ ਜੇ ਵਧੀਆ ਉਹਦੀ ਗਰੋਥ ਹੈਗੀ ਆ, ਪ੍ਰੋਪਰ ਡਿਵੈਲਪ ਹੋ ਗਈ ਆ ਉਹ ਹੈ ਨਾ, ਉਹਦੇ ਜਿਹੜਾ ਥਾਣਾ ਛੋਟੇ ਛੋਟੇ ਤੁਹਾਨੂੰ ਦਿਖ ਰਹੇ ਆ ਇੰਨੇ ਇੰਨੇ, ਫਿਰ ਉਹਨੂੰ 8 ਮਹੀਨਿਆਂ ਦੀ ਉਹਨੂੰ ਕ੍ਰੋਸ ਕਰਵਾਓ, 5 ਮਹੀਨੇ ਬਾਅਦ ਉਹਨੇ ਸੂਣਾ, ਦੋ ਦੰਦ ਹੋ ਜੂਗੀ ਸਾਲ ਦੀ, ਦੋ ਦੰਦ ਜੇ ਸੁਣਦੀ ਆ ਤੁਹਾਡੀ ਪੱਠ ਤਾਂ ਉਹ ਬੱਚੇ ਦੋ ਦੇਊਗੀ, ਇਹ ਵੀ ਗਰੰਟੀ ਆ। ਜਦੋਂ ਤੁਸੀਂ ਉਹਨੂੰ 5-6 ਮਹੀਨੇ ਦੀ ਦੋ ਦੰਦ ਤੋਂ ਪਹਿਲਾਂ ਕਰਵਾ ਸਕਦੇ ਹੋ, ਬੀਟਲ ਦੋ ਦੰਦ ਤੋਂ ਬਾਅਦ ਹੀ ਹੋਣੀ। ਹਾਂਜੀ, ਖੁਰਾਕ 'ਤੇ ਡਿਪੈਂਡ ਆ ਜੀ, ਕਈ ਹੁਣ ਕਈ ਲੋਕਾਂ ਦੀ ਖੁਰਾਕ ਇੰਨੀ ਜ਼ਿਆਦਾ ਪਾਉਂਦੇ ਆ ਬਰਬਰੀਆਂ ਨੂੰ, ਜਿਵੇਂ ਪਰਿਵਾਰ 'ਚ ਖੁੱਲ੍ਹੀਆਂ ਫਿਰਦੀਆਂ, ਉਹ 4-4 ਮਹੀਨੇ ਦੀਆਂ 20-20 ਕਿਲੋ ਵੇਟ ਕਰ ਜਾਂਦੀਆਂ ਹੈ ਨਾ, ਆਰਾਮ ਨਾਲ ਕਰ ਜਾਂਦੀਆਂ। ਹਾਂਜੀ ਹਾਂਜੀ ਹਾਂਜੀ, ਇਹ ਕਰ ਜਾਂਦੀ ਹੈ ਜੀ, ਪਰ ਕ੍ਰੋਸ ਕਰਵਾਉਣ ਲੱਗੇ ਖਿਆਲ ਰੱਖੋ 7-8 ਮਹੀਨਿਆਂ ਤੋਂ ਘੱਟ ਉਹਦੀ ਉਮਰ ਨਹੀਂ ਹੋਣੀ ਚਾਹੀਦੀ ਜਿਹੜੀ ਬਰਬਰੀ ਪੱਠ ਹੈਗੀ ਆ, ਅਤੇ ਵਧੀਆ ਦੇਖ ਕੇ ਲਓ, ਭਾਵੇਂ ਮਾਰਕੀਟ ਬਹੁਤ ਜ਼ਿਆਦਾ ਆ ਹੁਣ ਮਾਰਕੀਟ ਹੈ ਨਾ ਬਰਬਰੀ ਦੀ, ਚੰਗੀ ਬੱਕਰੀ ਨਹੀਂ ਮਿਲਦੀ, ਪਰ ਫਿਰ ਵੀ ਜਦੋਂ ਆਪਾਂ ਲੈਣ ਦੇ ਇੱਛੁਕ ਹੁੰਦੇ ਹਾਂ ਚੀਜ਼ ਆਪਾਂ ਨੂੰ ਮਿਲ ਹੀ ਜਾਂਦੀ ਆ, ਅਤੇ ਜਿਹਨੇ ਬਰਬਰੀ ਦੇ ਕੰਮ ਕਰਨਾ ਉਹ ਦੇਰੀ ਨਾ ਕਰੋ, ਆਪਦਾ ਹੁਣ ਤੋਂ ਫਰਵਰੀ ਤੋਂ ਜਿਵੇਂ ਸਟਾਰਟਿੰਗ ਹੋ ਜਾਣੀ ਆ, ਹੁਣ ਠੰਡ ਹੈਗੀ ਆ, ਨਵੇਂ ਥਾਂ ਆ ਕੇ ਥੋੜ੍ਹਾ ਜਿਹਾ ਬੱਕਰੀ ਬਿਮਾਰ ਰਹਿੰਦੀ ਹੈ, ਜੀ ਨਹੀਂ ਲਾਉਂਦੀ, ਪੂਛ ਇਹ 'ਚ ਜ਼ਿਆਦਾ ਵੱਡੀ ਨਹੀਂ ਹੁੰਦੀ ਜੀ, ਸਿੱਧੀ ਉਹਦਾ ਕੋਈ ਦਿੱਕਤ ਨਹੀਂ ਗੀ। ਹਾਂਜੀ ਹਾਂਜੀ, ਆਹ ਦੇਖੋ ਜਿਵੇਂ, ਹਾਂ ਇਹ ਸਿੱਧੀ ਵੀ ਰੱਖਦਾ, ਪੂਛ ਐਡੀ ਪੂਛ ਹੋਣੀ ਚਾਹੀਦੀ ਹੈ, ਜ਼ਿਆਦਾ ਵੱਡੀ ਨਹੀਂ ਆਉਂਦੀ ਇਹਦੇ 'ਚ, ਪੂਛ ਵਾਲਾ ਜ਼ਿਆਦਾ ਮੈਟਰ ਨਹੀਂ ਹੁੰਦਾ, ਜ਼ਿਆਦਾ ਵਾਲ ਨਹੀਂ ਹੋਣੇ ਚਾਹੀਦੇ ਪੂਛ 'ਤੇ, ਜੱਤ ਘੱਟ ਤੋਂ ਘੱਟ ਹੋਵੇ ਬਰਬਰੀ ਦੇ ਵਿੱਚ, ਸ਼ੋਰਟ ਹੇਅਰ ਹੁੰਦੀ ਆ ਇਹ। ਹਾਂਜੀ, ਬਾਕੀ ਜਦੋਂ ਬਰੀਡਰ ਲੈਣਾ ਹੈਗਾ, ਬਰੀਡਰ ਕਈ ਹੁੰਦੇ ਆ, ਜਿਵੇਂ ਇਹ ਤਾਂ ਚਲੋ ਵਾਈਟ ਆ ਗਿਆ ਰੈੱਡ ਸਪੋਟ ਦੇ ਵਿੱਚ, ਇਹਨੂੰ ਲਾਲ ਗੁਲਦਾਰ ਕਹਿੰਦੇ ਆ, ਇਹਦੇ ਇਹ ਕਲਰ ਦੀ ਬਹੁਤ ਡਿਮਾਂਡ ਹੈਗੀ ਆ, ਜਿਹੜਾ ਫੁੱਲ ਵਾਈਟ ਆ ਗੁਲਾਬੀ ਸਕਿਨ ਦਾ ਉਹਦੀ ਬਹੁਤ ਜ਼ਿਆਦਾ ਡਿਮਾਂਡ ਆ, ਪਰ ਪੰਜਾਬ ਦੇ ਵਿੱਚ ਆਪਣੇ ਘੋਨੀ ਬੱਕਰੀ ਦੀ ਬਰਬਰੀ ਦੀ ਜ਼ਿਆਦਾ ਡਿਮਾਂਡ ਆ। ਬਰਬਰੀ ਵੀਰੇ ਆਪਣੇ ਇਸ ਇਹ ਪਿੰਡਾਂ 'ਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪਹਿਲਾਂ।